ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਦੀ ਸੀਟ ਪੂਰੀ ਤਰ੍ਹਾਂ ਹੌਟ ਸੀਟ ਬਣਦੀ ਦਿਖਾਈ ਦਿੰਦੀ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾਇਆ ਹੈ ਅਤੇ ਅਕਾਲੀ ਦਲ ਦੇ ਵਿੱਚੋਂ ਬੰਦਾ ਲਿਆ ਕੇ ਪਵਨ ਟੀਨੂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਵੱਲੋਂ ਉਮੀਦਵਾਰ ਬਣਾ ਦਿੱਤਾ ਹੈ। ਇਸ ਤੋਂ ਬਾਅਦ ਜਲੰਧਰ ਦੀ ਸਿਆਸਤ ਦੇ ਵਿੱਚ ਉਬਾਲ ਆਉਂਦਾ ਨਜ਼ਰ ਆ ਰਿਹਾ ਹੈ ਅਤੇ ਉਮੀਦਵਾਰਾਂ ਦੇ ਵੱਲੋਂ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਤਿੱਖੇ ਵਾਰ ਅਤੇ ਪਲਟਵਾਰ ਕੀਤੇ ਜਾ ਰਹੇ ਨੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ ਆਪ ਦੇ ਜਲੰਧਰ ਤੋਂ ਉਮੀਦਵਾਰ ਪਵਨ ਟੀਨੂ। ਇਸ ਮੌਕੇ ਉਹਨਾਂ ਤੋਂ ਜਲੰਧਰ ਦੀ ਸਿਆਸਤ ਦੇ ਬਾਰੇ, ਚੋਣਾਵੀ ਮਾਹੌਲ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਭਗਵੰਤ ਮਾਨ ਨੇ ਉਹਨੇ ਕੰਮ ਕਰ ਦਿੱਤੇ ਨੇ 2 ਸਾਲਾਂ ਦੇ ਵਿੱਚ ਜਿਹੜੇ ਕਿ ਅੱਜ ਤੱਕ ਦੂਜੀਆਂ ਸਰਕਾਰਾਂ ਨੇ 75 ਸਾਲਾਂ ਦੇ ਵਿੱਚ ਨਹੀਂ ਕੀਤੇ। ਚੰਨੀ ਦੇ ਬਾਰੇ ਵੀ ਬੋਲੇ ਨੇ ਪਵਨ ਟੀਨੂ, ਬਿਆਨ ਸੁਣ ਲਓ। ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਆ। ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ 'ਚ ਕਰਕੇ ਦੱਸੇ ਆ, 90% ਲੋਕਾਂ ਦਾ ਬਿਜਲੀ ਦਾ ਬਿੱਲ 0 ਆ ਰਿਹਾ ਅਤੇ ਬਿਨਾਂ ਸਿਫਾਰਿਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ, 40,000 ਬੱਚਿਆਂ ਨੂੰ ਨੌਕਰੀ ਮਿਲ ਗਈ, ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ। ਆਮ ਇਨਸਾਨ ਦੀ, ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤ ਆ। ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ 'ਚ ਮੰਤਰੀ ਰਹੇ, 3 ਮਹੀਨੇ ਚੀਫ ਮਿਨਿਸਟਰ ਰਹੇ। ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ, ਕੋਈ ਪ੍ਰਾਪਤੀ ਨਹੀਂ। ਉਹਨਾਂ ਨੇ ਦੇਖੋ, ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ, ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਨੌਜਵਾਨਾਂ ਵਾਸਤੇ, ਪੜ੍ਹੇ ਲਿਖਿਆਂ ਵਾਸਤੇ, ਐਜੂਕੇਸ਼ਨ ਦੀ ਸੋਚ, ਰੁਜ਼ਗਾਰ ਦੀ ਸੋਚ। ਉਹਨਾਂ ਨੇ ਕੀ ਸੋਚ ਦਿੱਤੀ ਹੈ? ਪਵਨ ਟੀਨੂ ਤੋਂ ਪਹਿਲਾਂ, ਕੁਝ ਦਿਨ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਹੜੇ ਕਿ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਨੇ, ਉਹ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਵੀ ਇਹਨਾਂ ਉਮੀਦਵਾਰਾਂ ਨੂੰ ਲੈ ਕੇ ਤਿੱਖਾ ਵਾਰ ਕੀਤਾ ਗਿਆ ਸੀ। ਚਰਨਜੀਤ ਸਿੰਘ ਚੰਨੀ ਨੇ ਆਖਿਆ ਸੀ, ਜਦੋਂ ਕੋਈ ਬੰਦਾ ਆਪ ਦੇ ਵਿੱਚ ਆਉਂਦਾ ਹੈ ਦੂਜੀ ਪਾਰਟੀ ਨੂੰ ਛੱਡ ਕੇ, ਉਦੋਂ ਉਹ ਇਨਕਲਾਬੀ ਬਣ ਜਾਂਦਾ ਹੈ ਅਤੇ ਜਦੋਂ ਇਹਨਾਂ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦਾ ਹੈ ਉਦੋਂ ਗੱਦਾਰ ਕਿਵੇਂ ਬਣ ਜਾਂਦਾ ਹੈ? ਜਦ ਰਿੰਕੂ ਜਲੰਧਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਂਗਰਸ ਨੂੰ ਛੱਡ ਕੇ ਇਹਨਾਂ ਵਿੱਚ ਆਇਆ, ਇਹ ਕਹਿੰਦੇ ਜੀ ਇਨਕਲਾਬੀ ਆ ਗਿਆ, ਅਤੇ ਜਦ ਉਹ ਕਾਂਗਰਸ ਨੂੰ ਛੱਡ ਕੇ ਗਿਆ ਇਹਨਾਂ ਦੇ ਵਿੱਚ ਤਾਂ ਇਨਕਲਾਬੀ ਬਣ ਗਿਆ, ਜਦ ਇਹਨਾਂ ਨੂੰ ਛੱਡ ਕੇ ਬੀਜੇਪੀ 'ਚ ਗਿਆ ਤਾਂ ਉਹ ਗਦਾਰ ਬਣ ਗਿਆ, ਅਤੇ ਅੱਜ ਅਕਾਲੀ ਦਲ 'ਚੋਂ ਇੱਕ ਗਦਾਰ ਨੂੰ ਲੈ ਕੇ ਆਏ ਹੈ, ਹੁਣ ਉਹ ਇਨਕਲਾਬੀ ਬਣ ਗਿਆ, ਅਤੇ ਕੱਲ੍ਹ ਨੂੰ ਜਦ ਉਹ ਛੱਡੇਗਾ ਇਹਨਾਂ ਨੂੰ ਤਾਂ ਉਹ ਗਦਾਰ ਬਣ ਜਾਏਗਾ। ਇੱਕ ਵਾਰ ਦੇਹਲੀ 'ਤੇ ਟੱਪਿਆ ਹੋਇਆ, ਉਹਦਾ ਪਤਾ ਨਹੀਂ ਕਿੰਨੀਆਂ ਦੇਹਲੀਆਂ ਉਹਨੇ ਟੱਪਣੀਆਂ, ਇਸ ਕਰਕੇ ਇਹਨਾਂ ਲੋਕਾਂ 'ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ, ਜਿਹੜੇ ਆਪ ਹੀ ਗਦਾਰੀਆਂ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀ ਜਾਂਦੇ ਹੈ, ਦੂਸਰੀ ਤੋਂ ਤੀਸਰੀ ਵਿੱਚ ਜਾਂਦੇ ਹੈ। ਇਹਨਾਂ ਲੋਕਾਂ ਪਰ ਕਿਸ ਤਰ੍ਹਾਂ ਪੰਜਾਬ ਵਿਸ਼ਵਾਸ ਕਰ ਸਕਦਾ? ਇਹ ਬਦਲਾਵ ਨਹੀਂ ਲਿਆ ਰਹੇ, ਇਹ ਆਪਣੇ ਆਪ ਨੂੰ ਬਦਲ ਰਹੇ ਹੈ, ਅਤੇ ਬਦਲ ਬਦਲ ਕੇ ਦੂਸਰਿਆਂ ਪਾ ਜਾਂਦੇ, ਧੋਖੇ ਦਿੰਦੇ ਹੈ, ਧੋਖੇਬਾਜ਼ਾਂ 'ਤੇ ਸਾਨੂੰ ਬਚਣਾ ਪੈਣਾ। ਜਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਗਏ ਸਨ, ਉਸ ਤੋਂ ਬਾਅਦ ਚਰਚਾਵਾਂ ਚੱਲੀਆਂ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕਿਸੇ ਵਲੰਟੀਅਰ ਨੂੰ, ਵਰਕਰ ਨੂੰ ਜਾਂ ਫਿਰ ਲੀਡਰ ਨੂੰ ਟਿਕਟ ਦਿੱਤੀ ਜਾਵੇਗੀ, ਕਿਉਂਕਿ ਉਹਨਾਂ ਦੇ ਨਾਲ ਇੱਕ ਵਾਰ ਧੋਖਾ
ਹੋ ਗਿਆ ਹੈ। ਉਹਨਾਂ ਦਾ ਸਿਟਿੰਗ MP ਅਤੇ ਉਮੀਦਵਾਰ ਬਣਾਇਆ ਗਿਆ, ਲੀਡਰ ਪਾਰਟੀ ਛੱਡ ਗਿਆ ਹੈ। ਹੁਣ ਉਹ ਕਿਸੇ ਦਲ ਬਦਲੂ ਨੂੰ ਉਮੀਦਵਾਰ ਨਹੀਂ ਬਣਾਉਣਗੇ, ਪਰ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਪਵਨ ਟੀਨੂ ਨੂੰ ਆਪਣੇ ਉਮੀਦਵਾਰ ਬਣਾ ਦਿੱਤਾ। ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਗਿਆ। ਕੁਝ ਦਿਨ ਪਹਿਲਾਂ ਹੀ ਬਿਕਰਮ ਸਿੰਘ ਮਜੀਠੀਆ ਤੋਂ ਪਵਨ ਟੀਨੂ ਦੀ ਆਪ ਦੇ ਵਿੱਚ ਸ਼ਮੂਲੀਅਤ ਬਾਰੇ ਸਵਾਲ ਪੁੱਛਿਆ ਗਿਆ ਸੀ। ਉਹਨਾਂ ਨੇ ਆਖਿਆ ਇਹ ਕੋਈ ਵੱਡੀ ਗੱਲ ਨਹੀਂ ਹੈ, ਇਹ ਮਾਹੌਲ ਹੀ ਇਹੋ ਜਿਹਾ ਹੁੰਦਾ ਹੈ, ਕਮਜ਼ੋਰ ਵਿਕਟਾਂ ਡਿੱਗਦੀਆਂ ਨੇ। ਇਹ ਨਾ ਸੀਜ਼ਨ ਹੈ ਜੀ, ਜਿਹੜਾ ਇਲੈਕਸ਼ਨ ਸੀਜ਼ਨ ਹੁੰਦਾ ਨਾ ਜੀ, ਕਮਜ਼ੋਰ ਵਿਕਟਾਂ ਡਿੱਗਦੀਆਂ ਹੁੰਦੀਆਂ ਨੇ, ਵਿਚਾਰਧਾਰਕ ਲੋਕ ਖਲੋਤੇ ਹੁੰਦੇ। ਐਂ ਤਾਂ ਫਿਰ ਮੈਂ ਪੁੱਛੂੰਗਾ ਰਿੰਕੂ ਨੂੰ ਕੀ ਹੋਇਆ ਜੀ, ਹੁਣ ਆਪਦੀ ਪੋਲੀਟਿਕਸ ਹੈ ਜੀ, ਉਹਨਾਂ ਨੂੰ ਮੁਬਾਰਕ, ਕਮਜ਼ੋਰੀ ਆ, ਲੋਕ ਨਹੀਂ ਪਸੰਦ ਕਰਦੇ ਜੀ ਪੋਲੀਟਿਕਸ। ਮੈਂ ਤਾਂ ਇੰਨੀ ਗੱਲ ਜਾਣਦਾ, ਕੋਈ ਆਪਦੇ ਸਟੈਂਡ 'ਤੇ ਰਹੇ, ਸਪੱਸ਼ਟ ਰਹੇ, ਚਾਹੇ ਉਹ ਅਰੁੰਗਲ ਸੀ, ਚਾਹੇ ਰਿੰਕੂ ਸੀ, ਚਾਹੇ ਸਾਡੇ ਸਤਿਕਾਰਯੋਗ, ਮੇਰੇ ਤਾਂ ਬੜੇ ਅਜ਼ੀਜ਼ ਰਹੇ ਆ ਟੀਨੂ ਜੀ, ਮੈਂ ਨਹੀਂ ਆਸ ਰੱਖਦਾ ਸੀ ਉਹਨਾਂ ਕੋਲੋਂ। ਇਹ ਬੜਾ ਅਫਸੋਸ ਹੋਇਆ ਕਿ ਐਡਾ ਕਮਜ਼ੋਰੀ ਦੇਖਣ ਨੂੰ ਮਿਲੀ। ਹੋਰ ਵੀ ਬੜੇ ਵੱਡੇ ਵੱਡੇ ਚਿਹਰੇ ਆ ਇੱਥੇ, ਜਾਖੜ ਸਾਹਿਬ ਵੀ ਨੇ, ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਜੋ ਕੁਛ ਹੋ ਰਿਹਾ ਜੀ। ਭਾਵੇਂ ਕਿ ਬਿਕਰਮ ਮਜੀਠੀਆ ਦੇ ਵੱਲੋਂ ਇਸ ਨੂੰ ਲੈ ਕੇ ਇੱਕ ਛੋਟਾ ਜਿਹਾ ਬਿਆਨ ਹੀ ਦੇ ਦਿੱਤਾ ਗਿਆ ਹੈ, ਇਸ ਨੂੰ ਇੱਕ ਛੋਟੀ ਜਿਹੀ ਸਿਆਸੀ ਘਟਨਾ ਦੱਸ ਦਿੱਤਾ ਗਿਆ ਹੈ। ਪਰ ਜਲੰਧਰ ਇਲਾਕੇ ਦੇ ਵਿੱਚ ਪਵਨ ਟੀਨੂ ਦਾ ਆਪ ਦੇ ਵਿੱਚ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਵੱਡੇ ਲੀਡਰ ਮੰਨੇ ਜਾਂਦੇ ਨੇ ਜਲੰਧਰ ਦੇ। ਇਸੇ ਕਰਕੇ ਹੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸ਼ਾਮਿਲ ਕਰਵਾ ਕੇ ਆਪਣਾ ਉਮੀਦਵਾਰ ਵੀ ਉਸੇ ਵੇਲੇ ਹੀ ਬਣਾ ਦਿੱਤਾ ਹੈ। ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸ ਦੇ ਵੱਲੋਂ ਲਗਾਤਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਉਮੀਦਵਾਰ ਹੀ ਹੈ ਨਹੀਂ। ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਭਗਵੰਤ ਮਾਨ ਤਾਂ ਤਿਤਲੀਆਂ ਇਕੱਠੀਆਂ ਕਰਦੇ ਫਿਰਦੇ ਨੇ, ਕੁਝ ਕਾਂਗਰਸ ਚੋਂ ਅਤੇ ਕੁਝ ਅਕਾਲੀਆਂ ਚੋਂ। ਪਾਸੇ ਕਹੀ ਜਾਂਦੇ ਜੀ 13-0 ਕਰਨਾ, ਇੱਕ ਪਾਸੇ 13 ਉਮੀਦਵਾਰ ਹੀ ਹੈ ਨੀਗੇ। ਪਰਸੋਂ ਚੌਥ ਇੱਕ ਤਿਤਲੀ ਚੱਕੀ ਆ ਪਵਨ ਟੀਨੂ ਅਕਾਲੀਆਂ ਦੀ, ਉਹ ਤੋਂ ਪਹਿਲਾਂ ਇੱਕ ਤਿਤਲੀ ਡਰਾ ਕੇ ਕੇਜਰੀ ਲੈ ਗਏ ਰਾਜ ਕੁਮਾਰ ਚੱਬੇਵਾਲ ਕਾਂਗਰਸ ਦੀ, ਉਹ ਤੋਂ ਪਹਿਲਾਂ ਇੱਕ ਸਾਡੀ ਤਿਤਲੀ ਚੱਕ ਕੇ ਲੈ ਗਏ GB ਉੱਥੋਂ ਦੀ ਫਤਿਹਗੜ੍ਹ ਸਾਹਿਬ ਦੀ, ਅਤੇ ਇੱਕ ਕਮੇਡੀਅਨ ਖੜ੍ਹਾ ਕਰ ਦਿੱਤਾ, 3 MLA ਖੜ੍ਹੇ ਕਰਤੇ ਅਤੇ 5 ਮਿਨਿਸਟਰ ਖੜ੍ਹੇ ਕਰਤੇ। ਤੁਸੀਂ ਦੇਖਿਆ ਕਿ ਪਾਰਟੀ 5 ਮਿਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ? ਦੈਟ ਇਜ਼ ਸੋ ਬੈਂਕਰਪਟ ਆਫ ਕੈਂਡੀਡੇਟਸ। ਔਰ ਮੈਂ ਤੁਹਾਡੇ ਜ਼ਰੀਏ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਨੂੰ ਬੇਨਤੀ ਕਰੂੰਗਾ, ਨਾ ਤੁਹਾਡੀ ਰਾਜ ਸਭਾ 'ਚ ਵਾਰੀ ਆਈ ਹੈ, ਨਾ ਪੰਜਾਬ 'ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ। ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਿਆਂਦੀ ਦਿੱਲੀਓਂ ਇਹਨਾਂ ਨੇ ਚੱਕ ਕੇ, ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤਾਂ ਉਹ ਦਿੱਲੀਓਂ ਲਿਆਂਦਾ, ਗੈਰ ਪੰਜਾਬੀ ਆ। ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆਇਆ ਤਾਂ ਉਹ ਦਿੱਲੀਓਂ ਚੱਕ ਲਿਆਂਦਾ, ਗੈਰ ਪੰਜਾਬੀ ਆ। ਨੌਕਰੀਆਂ ਮਿਲਦੀਆਂ ਤਾਂ ਹਰਿਆਣਾ ਅਤੇ ਰਾਜਸਥਾਨ ਲੈ ਜਾਂਦਾ ਵਾ। ਸੁਖਪਾਲ ਖਹਿਰਾ ਕਹਿਣਾ ਇਹ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਨੀਤੀ ਜੋ ਉਹਨਾਂ ਦੇ ਅਸੂਲ ਸਨ ਉਹ ਇਹ ਆਖਦੇ ਸੀ ਕਿ ਨਵੇਂ ਵਲੰਟੀਅਰਾਂ ਅਤੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਆਪਣੇ ਹੀ ਅਸੂਲਾਂ ਨੂੰ ਛਿੱਕੇ 'ਤੇ ਟੰਗਣ ਦਾ ਕੰਮ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਦਿੱਤਾ ਗਿਆ ਹੈ। ਪਰ ਜਲੰਧਰ ਦਾ ਅਖਾੜਾ ਇਸ ਕਰਕੇ ਵੀ ਭੱਗ ਗਿਆ ਹੈ ਕਿਉਂਕਿ ਕੋਈ ਵੀ ਪਾਰਟੀ ਹੌਲਾ ਕੈਂਡੀਡੇਟ ਦੇਣ ਨੂੰ ਤਿਆਰ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੂੰ ਕੋਈ ਕੈਂਡੀਡੇਟ ਨਾ ਲੱਭਾ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਖਿੱਚ ਲਿਆ ਅਤੇ ਆਪਣੇ ਵਿੱਚ ਸ਼ਾਮਿਲ ਕਰਕੇ ਆਪਣੇ ਵੱਲੋਂ ਉਮੀਦਵਾਰ ਬਣਾ ਦਿੱਤਾ। ਆਮ ਆਦਮੀ ਪਾਰਟੀ ਨੂੰ ਕੋਈ ਉਮੀਦਵਾਰ ਨਾ ਲੱਭਾ ਤਾਂ ਉਹਨਾਂ ਨੇ ਅਕਾਲੀ ਦਲ ਦਾ ਵੱਡਾ ਲੀਡਰ ਪੱਟ ਲਿਆ ਅਤੇ ਆਪਣੇ ਵਿੱਚ ਸ਼ਾਮਿਲ ਕਰਕੇ ਉਸ ਨੂੰ ਟਿਕਟ ਦੇ ਦਿੱਤੀ ਅਤੇ ਕਾਂਗਰਸ ਪਾਰਟੀ ਨੇ ਦੁਆਬੇ ਦੇ ਵਿੱਚ ਪੁਆਧ ਦੇ ਲੀਡਰ ਨੂੰ ਲਿਆਂਦਾ, ਭਾਵ ਚਮਕੌਰ ਸਾਹਿਬ ਤੋਂ ਜਲੰਧਰ ਲਿਆਂਦਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ
ਚੰਨੀ ਨੂੰ ਕਿ ਕਿਸੇ ਨੂੰ ਇੰਜ ਨਾ ਜਾਪੇ ਕਿ ਅਸੀਂ ਕੋਈ ਹਲਕਾ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਜਲੰਧਰ ਦਾ ਚੋਣ ਅਖਾੜਾ ਜ਼ਬਰਦਸਤ ਤਰੀਕੇ ਨਾਲ ਭਖਿਆ ਹੋਇਆ ਹੈ। ਰਾਏ ਇੱਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਜੋ ਹੁਣ ਤੱਕ ਜਲੰਧਰ ਦੇ ਵਿੱਚ ਸਿਆਸੀ ਮਾਹੌਲ ਬਣਿਆ ਹੋਇਆ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵੇਲੇ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਤੁਹਾਨੂੰ ਅੱਗੇ ਲੱਗ ਰਿਹਾ ਹੈ? ਜਿੱਤ ਦਾ ਦਾਅਵੇਦਾਰ ਜਾਪ ਰਿਹਾ ਹੈ, ਕਿਹੜਾ ਜਿੱਤ ਸਕਦਾ ਹੈ? ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।